Thank you.
ਬਹਾਦਰ ਸਿੰਘੜੀਆਂ ਨੂੰ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਗਲਾਂ ਵਿੱਚ ਪਾਏ ਗਏ, ਪਰ ਗੁਰੂ ਦੀਆਂ ਸਿੰਘੜੀਆਂ ਵਾਹਿਗੁਰੂ ਵਾਹਿਗੁਰੂ ਮੁੱਖੋਂ ਉਚਾਰਦੀਆਂ ਰਹੀਆਂ, ਭਾਣਾ ਮਿੱਠਾ ਕਰਕੇ ਮੰਨਿਆ। Thank you.
ਚੋਲੀ ਚ ਪੁਆਏ। ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਪਿੱਛੋਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ ਤਾਂ ਪਿਆਰੇ ਭਾਈ ਦਇਆ ਸਿੰਘ ਨੇ ਕਿਹਾ, ਪਾਤਸ਼ਾਹ ਅਸੀਂ ਅੰਮ੍ਰਿਤ ਦੇ ਬਦਲੇ ਆਪਣਾ ਸੀਸ ਦਿੱਤਾ, ਤੁਸੀਂ ਇਸ ਅੰਮ੍ਰਿਤ ਬਦਲੇ ਕੀ ਦਿਓਗੇ? ਤਾਂ ਪਾਤਸ਼ਾਹ ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ, ਜੇ ਸਿੱਖਾਂ ਨੇ ਅੰਮ੍ਰਿਤ ਬਦਲੇ ਆਪਣਾ ਸੀਸ ਦਿੱਤਾ ਹੈ ਤਾਂ ਮੈਂ ਇਸ ਬਦਲੇ ਆਪਣਾ ਸਾਰਾ ਸਰਬੰਸ਼ ਕੁਰਬਾਨ ਕਰ ਦੇਵਾਂਗਾ। ਅੰਮ੍ਰਿਤ ਦੀ ਦਾਤ ਜ਼ਰੂਰ ਬਖਸ਼ਿਸ਼ ਕਰੋ, ਅੰਮ੍ਰਿਤ ਦੀ ਕੀਮਤ ਕਿਸ਼ਤਾਂ ਰਾਹੀਂ ਅਦਾ ਕਰ ਦੇਵਾਂਗਾ। ਸਾਜੀ ਕਰਾਂ ਇਕਰਾਰ ਮੈਂ ਹੱਥ ਜੋ
ਵਿੱਚ ਪਾਸ ਹੋਏ, ਲਾਲ ਸਿਦਕ ਵਿੱਚ ਪਾਸ ਹੋਏ, ਸੁਣ ਕੇ ਮੈਂ ਸ਼ੁਕਰ ਮਨਾਵਾਂਗਾ। ਤੁਸਾਂ ਵਾਰੇ ਪੰਜ ਸਰੀ ਇਸ ਬਦਲੇ, ਮੈਂ ਸਭ ਪਰਿਵਾਰ ਲੁਕਾਵਾਂਗਾ। ਵਾਰੇ ਪੰਜ ਸਰੀ ਇਸ ਬਦਲੇ, ਮੈਂ ਸਭ ਪਰਿਵਾਰ ਲੁਕਾਵਾਂਗਾ। ਅਨੰਦਪੁਰ ਸਾਹਿਬ ਛੱਡਣ ਪਿੱਛੋਂ ਗੁਰੂ ਜੀ ਸਿੰਘਾਂ ਸਮੇਤ ਸਰਸਾ ਪਹੁੰਚੇ। ਅੰਮ੍ਰਿਤ ਵੇਲਾ ਹੋ ਚੁੱਕਾ ਸੀ, ਆਸਾ ਦੀ ਵਾਰ ਦਾ ਕੀਰਤਨ ਕੀਤਾ। ਬੇਸ਼ੱਕ ਵੈਰੀ ਚੜ੍ਹ ਕੇ ਆ ਗਏ, ਪਰ ਨਿਤਨੇਮ ਵਿੱਚ ਫਰਕ ਨਾ ਪੈਣ ਦਿੱਤਾ। ਵੈਰੀਆਂ ਨੇ ਬੜਾ ਕਹਿਰੀ ਹੱਲਾ ਕੀਤਾ, ਸਰਸਾ ਤੇ ਘਮਸਾਨ ਦੀ ਲੜਾਈ ਹੋਈ। ਉੱਪਰੋਂ ਨਿੱਕੀਆਂ ਨਿੱਕੀਆਂ ਕਣੀਆਂ, ਦੂਜੇ ਪਾਸੇ ਸਰਸਾ ਚੜ੍ਹੀ ਹੋਈ ਹੈ। ਭੁੱਖੇ ਢਿੱਡ ਦਸਮੇਸ਼ ਜੀ ਦੇ ਸੂਰਮੇ ਧਰਮ ਦੀ ਖਾਤਰ ਮਰ ਮਿਟਣ ਲਈ ਜੂਝ ਰਹੇ ਨੇ, ਤੇ ਦਸਮੇਸ਼ ਜੀ ਆਪਣੇ ਸਿੰਘਾਂ ਨੂੰ ਲਲਕਾਰ ਕੇ ਹੇ ਇਉਂ ਕਹਿ ਰਹੇ ਨੇ।
ਡਰ ਨੇ ਆਖ ਸੁਣਾਇਆ ਸਿੰਘਾਂ ਨੂੰ ਸੀ ਉਹ ਸਮਝਾਇਆ ਬਾਜਾ ਵਾਲੇ ਇਉਂ ਕਰਵਾਉਂਦੇ ਹੁਣ ਕਿਉਂ ਸਿੰਘੋ ਤੇਰੀ ਲਾਉਂਦੇ ਵੈਰੀਆਂ ਨੇ ਡਰ ਰੱਖਿਆ ਨਹੀਂ ਆ ਵੈਰੀਆਂ ਨੇ ਡਰ ਰੱਖਿਆ ਨਹੀਂ ਆ ਕੁੰਡਲੀ ਮਾਰ ਸਭ ਸ਼ਹਿਰੀ ਦਾ ਟੁਕੜੇ ਟੁਕੜੇ ਉਹ ਜੋ ਭਾਵੇ ਮੋੜ ਦਿਓ ਮੂੰਹ ਵੈਰੀ ਦਾ ਟੁਕੜੇ ਟੁਕੜੇ ਉਹ ਜੋ ਭਾਵੇ ਮੋੜ ਦਿਓ ਮੂੰਹ ਵੈਰੀ ਦਾ
ਟੁਕੜੇ ਟੁਕੜੇ ਉਹ ਜੋ ਭਾਵੇਂ ਮੋੜਦੇ ਉਹ ਮੂੰਹ ਬੈਰੀ ਦਾ ਟੁਕੜੇ ਟੁਕੜੇ ਉਹ ਜੋ ਭਾਵੇਂ ਮੋੜਦੇ ਉਹ ਮੂੰਹ ਬੈਰੀ ਦਾ ਟੁਕੜੇ ਟੁਕੜੇ ਉਹ ਜੋ ਭਾਵੇਂ ਮੋੜਦੇ ਉਹ ਮੂੰਹ ਬੈਰੀ ਦਾ ਧੰਨ ਬਾਜਾਂ ਵਾਲਾ ਮਾਹੀ ਅਨੰਦਪੁਰ ਦਾ ਜੰਗ ਕਿਤੇ ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈ ਜਾਣਾ ਤੇ ਚਮਕੌਰ ਦੀ ਕੱਚੀ ਗੜੀ ਵਿੱਚੋਂ ਮੇਰੇ ਪਾਤਸ਼ਾਹ ਅੱਧੀ ਰਾਤ ਨੂੰ ਜਦੋਂ ਨਿਕਲੇ ਤੇ ਸ਼ਾਇਰ ਲਿਖਦਾ ਹਨੇਰੀ ਰਾਤ ਵਿੱਚ ਕਹਿਰ ਦਾ ਜੰਗ ਡਾਢਾ ਵਿੱਚ ਬਿਜਲੀ ਕਿਤੇ ਲਿਸ਼ਕਾਰ ਦੀ ਸੀ ਇੱਕ ਲੋਥ ਨੂੰ ਗੁਰਾਂ ਦਾ ਪੈਰ ਵੱਜਿਆ ਅੱਗੋਂ ਲੋਥ ਉਹ ਪਿਆਰੇ ਜੁਝਾਰ ਦੀ ਸੀ ਮੁੱਖ ਪੂੰਝਿਆ ਗੁਰਾਂ ਰੁਮਾਲ ਲੈ ਕੇ ਲੋਰੀ ਦੇ ਤੀ ਅੰਤ ਦੇ ਪਿਆਰ ਦੀ ਸੀ ਲੈ ਹੁਣ ਸੋਹਣਿਆ ਸਦਾ ਲਈ ਸੌਂ ਇੱਥੇ ਇਹ ਆਖਰੀ ਦਾਤ ਦਾਤਾਰ ਦੀ ਸੀ ਬੇਸ਼ੱਕ ਦਸ਼ਮੇਸ਼ ਪਿਤਾ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੀ ਡਿੱਗਿਆ ਪਰ ਤੇਰੀ ਕੁਰਬਾਨੀ ਤੱਕ ਕੇ ਗੈਰਾਂ ਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਡਿੱਗਣ ਲੱਗ ਪਏ ਕੀਤਾ ਤੇਰੀ ਅਮਾਨਤ ਮਾਰੀਆਂ ਨੇ
ਵਿੱਚ ਹੀ ਪਿਤਾ ਭੇਜਤਾ ਸੀਸ ਧਰਮ ਤੋਂ ਮਾਰਨ ਲਈ ਨਿੱਕੀ ਉਮਰੇ ਉਹ ਦੇਸ਼ ਦਾ ਲੈ ਲਿਆਇਆ ਸਹਾਰਨ ਲਈ ਪੁੱਤਰ ਪੈਟ ਚੜਾ ਦਿੱਤੇ ਸੀ ਸਿੱਖੀ ਮਹਿਲ ਸਾਰਨ ਲਈ ਪੁੱਤਰ ਪੈਟ ਚੜਾ ਦਿੱਤੇ ਸੀ ਸਿੱਖੀ ਮਹਿਲ ਸਾਰਨ ਲਈ ਫਿਰ ਸਿੰਘਾ ਛਕੇ ਛੁਡਾ ਦਿੱਤੇ ਸਿੰਘਾ ਟਿਕੜਕਾ ਦਿੱਤੀ ਨਾਲ ਮੇਰੇ ਸਰ ਹੰਦ ਜਾਏ ਚਮਕੌਰ ਗੜੀ ਵਿੱਚ ਜੰਗ ਕਹਿਰ ਦਾ ਰਾਤਾਂ ਖੂਬ ਹਨੇਰੀਆ ਸੀ ਅੱਧੀ ਰਾਤ ਨੂੰ ਤੁਰ ਪਿਆ ਸਿਰ ਦੇ ਦੁੱਖ ਦੀਆਂ ਵੰਡਾਂ ਬਥੇਰੀਆਂ ਸੀ ਮਾਛੀ ਵਾਲੇ ਜੰਗਲਾਂ ਵਿੱਚ ਢਿੱਲਾ ਰੱਖੀਆਂ ਬਹੁਤ ਦਲੇਰੀਆਂ ਸੀ ਮਾਛੀ ਵਾਲੇ ਜੰਗਲਾਂ ਵਿੱਚ ਢਿੱਲਾ ਰੱਖੀਆਂ ਬਹੁਤ ਦਲੇਰੀਆਂ ਸੀ ਕੁਲਦੀਪ ਮਾਫੀ ਅੱਜ ਮੰਗਦੇ ਨੇ ਕੰਡੇ ਮਾਫੀ ਅੱਜ ਮੰਗਦੇ ਨੇ ਜੋ ਚੁੱਭ ਗਏ ਸੀ ਵਿੱਚ ਪੈਰਾਂ ਦੇ ਤੇਰੀ ਅੱਖੀਓ ਹੰਝੂ ਨਾ ਡਿੱਗਿਆ ਸੀ ਡਿੱਗਦੇ ਹੰਝੂ ਪੈਰਾਂ ਦੇ ਅੱਖੀਓ ਹੰਝੂ ਨਾ ਡਿੱਗਿਆ ਸੀ ਡਿੱਗਦੇ ਹੰਝੂ ਪੈਰਾਂ ਦੇ ਜਾਓ ਜਾਓ ਬਣਾ ਲਓ ਕੰਧ ਆਪਣੀ ਇਹ ਪੰਧ ਅਵਲੜੇ ਮੁੱਕਣੇ ਨਹੀਂ ਚੁੱਕ ਜਾਊ ਹਿਮਾਲਿਆ ਬੇਸ਼ੱਕ ਪਾਵੇਂ ਕਲੰਗੀ ਧਰ ਦੇ ਲਾਡਲੇ ਝੁਕਣੇ ਨਹੀਂ 13-28 December ਨੂੰ ਮਾਤਾ ਗੁਜਰੀ ਦੇ ਪੋਤਰੇ ਕਲੰਗੀ ਧਰ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਦਾ ਹੁਕਮ ਦਿੱਤਾ ਗਿਆ ਮਾਸੂਮ ਜਿੰਦਾਂ ਦਾ ਕੀ ਕਸੂਰ ਸੀ ਇਹੀ ਸੀ ਨਾ ਕਿ ਉਹ ਸਿੱਖ ਬੱਚੇ ਹਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਨ ਜਦੋਂ ਮਜ਼ਦੂਰ ਨੀਹਾਂ ਵਿੱਚ ਚਿਣਨ ਲੱਗਿਆ ਤੇ ਸੋਚਦਾ ਇੱਟ ਚੱਕੀ ਤੇ ਰਾਜ ਨੇ ਨੀਂਹ ਰੱਖੀ ਇੱਟ ਲਾ ਕੇ ਬੜਾ ਉਹ ਰੋਣ ਲੱਗਾ ਅੱਲਾ ਮੇਰਿਆ ਇਹਨਾਂ ਦੋ ਬੱਚਿਆਂ ਤੇ ਅੱਜ ਜ਼ੁਲਮ ਕੇਡਾ ਵੱਡਾ ਹੋਣ ਲੱਗਾ ਨਿੱਕੀਆਂ ਜਿੰਦਾਂ ਤੇ ਸਾਕੇ ਬਹੁਤ ਵੱਡੇ ਦੇਖਣ ਵਾਲਿਆਂ ਦਾ ਦਿਲ ਘਬਰਾਉਣ ਲੱਗਾ ਜ਼ੁਲਮ ਤੱਕ ਕੇ ਏਡਾ ਦਲਗੀਰ ਵੱਡਾ ਤੇ ਸੂਰਜ ਆਪਣਾ ਆਪ ਲੁਕਾਉਣ ਲੱਗਾ
ਸਿਰ ਜ਼ੁਲਮ ਦੇ ਅੱਗੇ ਝੁਕਣੇ ਨਹੀਂ, ਬੇਸ਼ੱਕ ਸੂਬੇ ਸਰ ਹੰਦ ਨੇ, ਬੇਸ਼ੱਕ ਸੂਬੇ ਸਰ ਹੰਦ ਨੇ, ਤੇ ਹੁਕਮ ਬੜਾ ਤਣਿਆ, ਉਹ ਖੂਨੀ ਕੰਧ ਵਿੱਚ ਦੇਖ ਲੋ ਇੱਕ ਜੋੜਾ ਗਿਆ ਚਿਣਿਆ, ਗਲਤੀ ਕਰ ਲਈ ਨਾ ਸ਼ਾਇਆ ਜੇਹੀ ਮਾਣੀਏ, ਬੱਚਿਆਂ ਗਲਤੀ ਕਰ ਲਈ ਨਾ ਸ਼ਾਇਆ ਜੇਹੀ ਮਾਣੀਏ, ਤੂੰ ਜਿਉਂਦਿਆਂ ਇਹ ਦੋ ਲਾਲਾਂ ਨੂੰ, ਤੂੰ ਜਿਉਂਦਿਆਂ ਇਹ ਦੋ ਲਾਲਾਂ ਨੂੰ ਕੰਧਾਂ ਦੇ ਵਿੱਚ ਚਿਣਿਆ, ਜਲਾ ਦਿਲ ਆਏ ਨੇ,
ਨੌਰਥ ਲਲਤੋਂ ਵਾਲਿਆ ਅੱਜ ਨੌਰਥ ਲਲਤੋਂ ਵਾਲਿਆ ਕਿਉਂ ਕਸ਼ਟ ਇਹਨਾਂ ਤੇ ਬਣਿਆ ਖੂਨੀ ਕੰਧ ਵਿੱਚ ਦੇਖ ਲੋ ਜੋੜਾ ਗਿਆ ਚਿਣਿਆ ਅੱਜ ਖੂਨੀ ਕੰਧ ਵਿੱਚ ਦੇਖ ਲੋ ਰਹਿੰਦੇ ਸਦਾ ਆਜ਼ਾਦੀ ਵਿੱਚ ਸੁਖਵਿੰਦਰ ਦਹੇੜ ਰਹਿਣਾ ਨਹੀਂ ਕਿਸੇ ਦੀ ਹਾਂ ਦੇ ਵਿੱਚ ਲੜੀ ਜਾਣਾ ਲੜਨਾ ਏ ਕੰਮ ਸਾਡਾ ਤੇ ਮਸਤ ਰਹਿ ਕੇ ਨਾਨਕ ਦੇ ਨਾਂ ਦੇ ਵਿੱਚ ਕਿਹੜਾ ਤਸੀਹਾ ਏ ਜੋ ਸਿੱਖਾਂ ਨੇ ਨਹੀਂ ਚੱਲਿਆ ਸ਼ਹੀਦ ਕਰਨ ਦੇ 18 ਤਰੀਕੇ ਪ੍ਰਚਲਿਤ ਸਨ ਸਾਰੇ ਦੇ ਸਾਰੇ ਸਿੱਖਾਂ ਤੇ ਅਜ਼ਮਾਏ ਗਏ ਪਰ ਕੀ ਮਜਾਲ ਕਿਸੇ ਸਿੱਖ ਨੇ ਸ਼ਹੀਦ ਹੋਣ ਵੇਲੇ ਤਸੀਹੇ ਚੱਲਦਿਆਂ ਵੇਲੇ ਸੀ ਤੱਕ ਕੀਤਾ ਹੋਵੇ ਭਾਈ ਮਤੀ ਦਾਸ ਆਰੇ ਨਾਲ ਦੁਫਾੜ ਕੀਤੇ ਗਏ ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਉਬਾਲੇ ਗਏ ਬੇਅੰਤ ਕੁਰਬਾਨੀਆਂ ਸਿੰਘਾਂ ਨੇ ਖਿੜੇ ਮੱਥੇ ਸਾਰੇ ਦੁੱਖ ਸਹਾਰ ਲਏ ਪਰੰਤੂ ਧਰਮ ਤੋਂ ਮੂੰਹ ਨਹੀਂ ਮੋੜਿਆ ਇੰਨੀਆਂ ਸ਼ਹਾਦਤਾਂ ਪਾਉਣ ਤੇ ਵੀ ਖਾਲਸਾ ਹਰ ਜੂਹ ਵਿੱਚ ਹਰ ਮੈਦਾਨੇ ਜੰਗ ਵਿੱਚ ਗੱਜਦਾ ਰਿਹਾ ਖਾਲਸੇ ਦੇ ਸਦਾ ਜੈਕਾਰੇ ਗੂੰਜਦੇ ਰਹਿਣਗੇ ਤੇ ਸਿੱਖੀ ਦਾ ਮਹਿਲ ਉਸਾਰਨ ਲਈ ਪੁੱਤ ਭੇਟ ਚੜਾਉਣੇ ਪੈਣਗੇ ਧੰਨ ਕਲੰਗੀਧਰ ਦਸ਼ਮੇਸ਼ ਪਿਤਾ ਜੀ ਕਿਸ ਤਰ੍ਹਾਂ ਅੰਮ੍ਰਿਤ ਦਾ ਕਰਜ਼ ਅਦਾ ਕੀਤਾ ਜਰਾ ਖਿਆਲ ਕਰਕੇ ਦੇਖੀਏ ਕਿਤੇ ਅਨੰਦਪੁਰ ਦਾ ਜੰਗ ਕਿਤੇ ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈ ਜਾਣਾ ਤੇ ਚਮਕੌਰ ਦੀ ਕੱਚੀ ਕੜੀ ਵਿੱਚ ਘਮਸਾਨ ਦਾ ਯੁੱਧ ਮੇਰੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਜਦੋਂ ਪਹੁੰਚੇ ਤਾਂ ਬਸਤਰ ਫੱਟ ਕੇ ਲੀਰੋ ਲੀਰ ਹੋ ਗਏ ਸਨ ਪੈਰਾਂ ਵਿੱਚ ਕੰਡੇ ਲੱਗ ਲੱਗ ਕੇ ਖੂਨ ਸਿਮ ਰਿਹਾ ਸੀ ਤੇ ਇੱਟ ਦਾ ਸਰਾਣਾ ਲਾ ਕੇ ਸੁੱਤੇ ਪਏ ਨੇ ਦੇਸ਼ ਅਤੇ ਕੌਮ ਤੋਂ ਸਾਰਾ ਪਰਿਵਾਰ ਵਾਰ ਕੇ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਇੱਕ ਸ਼ਾਇਰ ਲਿਖਦਾ ਕਿ ਮੈਂ ਦੁਨੀਆਂ ਦੇ ਸਾਰੇ ਇਤਿਹਾਸ ਫਰੋਲੇ ਸਾਰੇ ਗ੍ਰੰਥ ਫਰੋਲੇ ਪਰ ਕਲਗੀ ਵਾਲਿਆ ਇਸ ਜਹਾਨ ਅੰਦਰ ਤੇਰੇ ਜਿਹਾ ਕੋਈ ਜੱਗ ਤੇ ਆਇਆ ਹੀ ਨਹੀਂ ਤੇਰੇ ਵਾਂਗ ਨਾ ਕਿਸੇ ਪਰਿਵਾਰ ਸਾਰਾ ਬਦਲੇ ਕਿਸੇ ਦੇ ਕਿਸੇ ਨੇ ਲੁਟਾਇਆ ਹੀ ਨਹੀਂ ਕਿਸੇ ਛੱਡ ਕੇ ਮਖਮਲੀ ਗੱਦਿਆਂ ਨੂੰ ਆਸਣ ਸੇਜਾਂ ਤੋਂ ਸੂਲਾਂ ਤੇ ਲਾਇਆ ਹੀ ਨਹੀਂ ਪੈਰੋਂ ਖੂਨ ਵਗਦਾ ਜਾਮਾ ਲੀਰ ਹੋਇਆ ਤੇ ਹਾਲ ਕਿਸੇ ਦਰਗੀਰੇ ਬਣਾਇਆ ਹੀ ਨਹੀਂ।